ਆ ਹੋਰ ਵਜਾ ਲਓ ਬੁਲਟਾਂ ਦੇ ਪਟਾਕੇ। ਦਬੰਗ ਪੁਲਿਸ ਅਫਸਰ ਨੇ ਸਲੰਸਰਾਂ ਤੇ ਚਲਵਾ ਤਾ ਬਲਡੋਜ਼ਰ, ਐਕਸ਼ਨ ਦੇ ਵਿੱਚ ਨਜ਼ਰ ਆਇਆ ਜੀ। ਦੱਸਦੀ ਹੈ ਕਿ ਮਕੈਨਿਕਾਂ ਤੇ ਕਾਰਵਾਈ ਕਰਨ ਦਾ ਵੀ ਗੱਲ ਆਖੀ ਹੈ ਇਸ ਪੁਲਿਸ ਵਾਲੇ ਨੇ। ਜੀ ਹਾਂ, ਜਿਹੜਾ ਮਕੈਨਿਕ ਇਹਨਾਂ ਬੁਲਟਾਂ ਦੇ ਵਿੱਚ ਇਸ ਤਰ੍ਹਾਂ ਦੇ ਪਟਾਕੇ ਵਾਲੇ ਸਲੰਸਰ ਜਾਂ ਫਿਰ ਬੈਂਡ ਫਿੱਟ ਕਰੇਗਾ, ਉਸ ਤੇ ਵੀ ਕਾਰਵਾਈ ਹੋਵੇਗੀ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਦੂਰੀ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਬੁਲਟ ਦੇ ਪਟਾਕੇ ਵਜਾਉਣ ਵਾਲਿਆਂ ਤੇ ਐਕਸ਼ਨ ਹੋਇਆ ਹੈ। ਜੀ ਹਾਂ, ਬੁਲਟ ਦੇ ਪਟਾਕੇ ਵਾਲੇ ਸਲੰਸਰਾਂ ਤੇ ਬੁਲਡੋਜ਼ਰ ਫੇਰਿਆ ਗਿਆ ਹੈ, ਸੈਂਕੜੇ ਸਲੰਸਰਾਂ ਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਹੈ, ਪੂਰੇ ਚਕਨਾ ਚੂਰ ਕਰ ਦਿੱਤੇ ਗਏ ਨੇ, ਇੱਕਦਮ ਸਪਾਟ ਹੋ ਗਏ ਨੇ ਇਹ ਸਲੰਸਰ, ਕਿਸੇ ਕੰਮ ਦੇ ਨਹੀਂ ਰਹੇ। ਤਾਂ ਹਜ਼ਾਰਾਂ ਰੁਪਏ ਲਗਾ ਕੇ ਨੌਜਵਾਨ ਆਪਣੇ ਬੁਲਟਾਂ ਦੇ ਵਿੱਚ ਇਹੋ ਜਿਹੇ ਸਲੰਸਰ ਲਗਾਉਂਦੇ ਨੇ ਜਿਸ ਨਾਲ ਧੁਨੀ ਪ੍ਰਦੂਸ਼ਣ ਹੁੰਦਾ ਹੈ ਅਤੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਆਉਂਦੀਆਂ ਨੇ। ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਣਾ ਮੁਖੀ ਨੇ ਐਕਸ਼ਨ ਲਿਆਏ, ਬੁਲਟ ਦੇ ਪਟਾਕੇ ਵਜਾਉਣ ਵਾਲੇ ਸਲੰਸਰਾਂ 'ਤੇ ਬੁਲਡੋਜ਼ਰ ਚਲਵਾਇਆ ਹੈ ਅਤੇ ਨਾਲ ਦੀ ਨਾਲ ਪੁਲਿਸ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਨਿਯਮ ਤੋੜੇਗਾ ਅਤੇ ਉਸ 'ਤੇ ਇਸ ਤਰੀਕੇ ਦਾ ਹੀ ਐਕਸ਼ਨ ਹੋਵੇਗਾ ਅਤੇ ਮਕੈਨਿਕਾਂ 'ਤੇ ਵੀ ਸਖ਼ਤ ਕਾਰਵਾਈ ਹੋਵੇਗੀ। ਜਿਹੜੇ ਵੀ ਮਕੈਨਿਕ ਇਸ ਤਰੀਕੇ ਦੇ ਬੁਲਟ ਦੇ ਸਲੈਂਸਰ ਫਿੱਟ ਕਰਨਗੇ ਉਹਨਾਂ 'ਤੇ ਵੀ ਸਖ਼ਤ ਕਾਰਵਾਈ ਹੋਵੇਗੀ, ਕਿਉਂਕਿ ਇਹ ਜਿਹੜੇ ਸਲੈਂਸਰ ਨੇ ਇਹ ਗੈਰ ਕਾਨੂੰਨੀ ਨੇ ਅਤੇ ਇਹਨਾਂ ਨੂੰ ਫਿੱਟ ਕਰਨ ਵਾਲਾ ਵੀ ਇਸ ਉਹਨਾਂ ਹੀ ਕ੍ਰਾਈਮ ਦਾ ਭਾਗੀਦਾਰ ਹੋਵੇਗਾ ਜਿੰਨਾ ਇਸ ਨੂੰ ਲਗਵਾਉਣ ਵਾਲਾ। ਜਿਸ ਕਰਕੇ ਹੁਣ ਪੁਲਿਸ ਨੇ ਚੇਤਾਵਨੀ ਦੇ ਦਿੱਤੀ ਹੈ, ਲਾਸਟ ਵਾਰਨਿੰਗ ਹੈ ਸਾਰਿਆਂ ਨੂੰ, ਜੇਕਰ ਕੋਈ ਇਸ ਤਰੀਕੇ ਦੇ ਸਲੰਸਰ ਲਗਵਾ ਕੇ ਪਟਾਕੇ ਬੁਲਟ 'ਤੇ ਵਜਾਏਗਾ ਤਾਂ ਉਸ 'ਤੇ ਇਸ ਤੋਂ ਵੀ ਸਖ਼ਤ ਕਾਰਵਾਈ ਹੋਵੇਗੀ। ਹਾਲੇ ਤਾਂ ਸਿਰਫ ਸਲੰਸਰ ਤੋੜੇ ਗਏ ਨੇ, ਅੱਗੇ ਹੋਰ ਸਖ਼ਤ ਕਾਰਵਾਈ ਵੀ ਹੋ ਸਕਦੀ ਆ, ਪਰਚਾ ਵੀ ਦਿੱਤਾ ਜਾ ਸਕਦਾ ਹੈ। ਤਾਂ ਦੱਸ ਦਈਏ ਕਿ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਕਾਫ਼ੀ ਵੱਡੇ ਬਿਆਨ ਦਿੱਤੇ ਨੇ, ਆਓ ਸੁਣਦੇ ਹਾਂ। ਦੇਖੋ, ਮੇਰੀ ਜੁਆਇਨਿੰਗ ਤੋਂ ਬਾਅਦ ਜਿਹੜੀ ਇੱਕ ਬਹੁਤ ਜ਼ਿਆਦਾ ਮੁੱਖ ਜਿਹੜੀ ਪ੍ਰੋਬਲਮ ਸੀਗੀ ਧੂਰੀ ਸ਼ਹਿਰ ਦੀ, ਉਹ ਇਹ ਸੀਗੀ ਕਿ ਬਜ਼ੁਰਗਾਂ ਵੱਲੋਂ, ਬੱਚਿਆਂ ਵੱਲੋਂ ਅਤੇ ਆਮ ਪਬਲਿਕ ਵੱਲੋਂ ਇਹ ਸ਼ਿਕਾਇਤ ਮਿਲ ਰਹੀ ਸੀ ਕਿ ਧੂਰੀ ਦੇ ਵਿੱਚ ਬੁਲਟ ਮੋਟਰਸਾਈਕਲ ਬਹੁਤ ਜ਼ਿਆਦਾ ਚੱਲ ਰਹੇ ਨੇ ਅਤੇ ਬਹੁਤ ਜ਼ਿਆਦਾ ਪਟਾਕੇ ਮਾਰਨ ਵਾਲੇ ਜਿਹੜੇ ਸਾਇਲੈਂਸਰ ਨੇ ਉਹ ਯੂਜ਼ ਕਰ ਰਹੇ ਨੇ ਅੱਜ ਕੱਲ੍ਹ ਦੀ ਜਿਹੜੇ ਮੰਡੀਰ ਹੈ, ਅਤੇ ਉਹਦੇ ਕਰਕੇ ਇਸ ਪ੍ਰੋਬਲਮ ਨੂੰ ਮੁੱਖ ਰੱਖਦੇ ਹੋਏ ਅਸੀਂ ਇੱਕ ਮੁਹਿੰਮ ਚਲਾਈ ਸੀ ਜਿਹਦੇ ਵਿੱਚ ਜਿੰਨੇ ਵੀ ਬੁਲਟ ਮੋਟਰਸਾਈਕਲ ਜਿਨ੍ਹਾਂ ਦੇ ਪਟਾਕੇ ਵੱਜਦੇ ਨੇ ਆਪ ਚੈੱਕ ਕਰਕੇ ਆਪ ਚੌਂਕ ਦੇ ਵਿੱਚ ਖੜ੍ਹੇ ਹੋ ਕੇ ਗਲੀ ਗਲੀ ਜਾ ਕੇ ਜਿੱਥੇ ਜਿੱਥੇ ਮੋਟਰਸਾਈਕਲ ਸਾਨੂੰ ਦਿਖਦੇ ਸੀਗੇ ਅਸੀਂ ਉਹ ਸਾਰੇ ਮੋਟਰਸਾਈਕਲਾਂ ਨੂੰ ਇੰਪਾਊਂਡ ਕੀਤਾ, ਉਹਨਾਂ ਦੇ ਬੰਦੇ ਚਲਾਨ ਕੀਤੇ ਅਤੇ ਬੱਚਿਆਂ ਨੂੰ ਜਾਗਰੂਕ ਵੀ ਕੀਤਾ ਜਿਹੜੇ ਇਹ ਯੂਜ਼ ਕਰ ਰਹੇ ਨੇ। ਅਤੇ ਅੱਜ ਕਰੀਬ ਸੈਂਕੜੇ ਦੇ ਕਰੀਬ ਅਸੀਂ ਇਹ ਜਿਹੜੇ ਬੁਲਟ ਮੋਟਰਸਾਈਕਲ ਦੇ ਜਿਹੜੇ ਸਾਇਲੈਂਸਰ ਪਟਾਕੇ ਵਾਲੇ ਨੇ ਇਹ ਲੁਹਾ ਕੇ ਇਹਨਾਂ ਨੂੰ ਅੱਜ ਕ੍ਰਸ਼ ਕੀਤਾ ਸੀ। ਭਵਿੱਖ ਵਿੱਚ ਸਰ ਅਜਿਹੀ ਉਸ ਨੂੰ ਲੈ ਕੇ, ਮੁਹਿੰਮ ਨੂੰ ਲੈ ਕੇ ਕੀ ਯੋਜਨਾ ਹੈ ਤੁਹਾਡੀ, ਜੇ ਆਉਣ ਵਾਲੇ ਟਾਈਮ 'ਚ ਵੀ ਪਟਾਕੇ ਪਾਉਣਗੇ ਜਿਹੜੇ ਲੋਕ ਮਨ 'ਚ? ਦੇਖੋ, ਇਸ ਤੁਹਾਡੇ ਜ਼ਰੀਏ ਮੈਂ ਇਹ ਮੈਸੇਜ ਬਿਲਕੁਲ ਕ੍ਰਿਸਟਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਧੂਰੀ ਦੇ ਵਿੱਚ ਜਾਂ ਸੰਗਰੂਰ ਦੇ ਵਿੱਚ ਜਾਂ ਕਿਤੇ ਵੀ ਤੁਸੀਂ ਜੇ ਇਹ ਕੰਮ ਕਰ ਰਹੇ ਹੋ, ਵੈਸੇ ਨਹੀਂ ਕਿਸੇ ਨੂੰ ਚੰਗੇ ਬੰਦੇ ਨੂੰ ਸ਼ੋਭਾ ਦਿੰਦਾ, ਪਰ ਜੇ ਹਾਂ ਤੁਸੀਂ ਇੱਥੇ ਕਰੋਗੇ ਬਣਦੀ ਕਾਨੂੰਨੀ ਕਾਰਵਾਈ, ਸਖ਼ਤ ਤੋਂ ਸਖ਼ਤ ਐਕਸ਼ਨ ਤੁਹਾਡੇ ਖਿਲਾਫ਼ ਲਿਆ ਜਾਊਗਾ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰੂਗਾ। ਕੀ ਇਹਦਾ ਪੇਰੈਂਟਸਾਂ ਨੂੰ ਵੀ ਦੱਸਿਆ ਗਿਆ ਸਰ? ਜੀ, ਇਹਨਾਂ ਦੇ ਜਿਹੜੇ ਬੱਚੇ ਸਟੂਡੈਂਟਸ ਜਾਂ ਜਿਹੜੇ ਵੀ ਇਹ ਯੂਜ਼ ਕਰਦੇ ਸੀਗੇ ਇਹਨਾਂ ਦੇ ਪੇਰੈਂਟਸ ਨੂੰ ਅਸੀਂ ਇਮੀਡੀਏਟਲੀ ਕਾਲ ਕਰਕੇ ਬੁਲਾਉਂਦੇ ਵੀ ਸੀਗੇ, ਉਹਨਾਂ ਨੂੰ ਦੱਸਦੇ ਵੀ ਸੀਗੇ ਕਿ ਇਹਦੇ ਨਾਲ ਬਾਕੀਆਂ ਨੂੰ ਵੀ ਤਕਲੀਫ਼ ਹੋ ਰਹੀ ਹੈ, ਆਮ ਪਬਲਿਕ ਜਿਹੜੀ ਹੈ ਉਹ ਤੰਗ ਹੋ ਰਹੀ ਹੈ, ਛੋਟੇ ਬੱਚੇ ਹੁੰਦੇ ਆ ਘਰਾਂ 'ਚ, ਬਜ਼ੁਰਗ ਲੋਕ ਹੁੰਦੇ ਨੇ ਤਾਂ ਉਹ ਦਹਿਲ ਜਾਂਦੇ ਇੱਕ ਵਾਰ ਇਸ ਪਟਾਕੇ ਕਰਕੇ। ਤਾਂ ਇਹ ਸਾਰਿਆਂ ਨੂੰ ਇੱਕ ਸੁਨੇਹਾ ਦਿੱਤਾ ਸੀਗਾ, ਬੁਲਾ ਬੁਲਾ ਕੇ ਵੀ ਕਿਹਾ ਕਿ ਇਹ ਕੰਮ ਅਸੀਂ ਚੱਲਣ ਨਹੀਂ ਦੇਣਾ, ਤਾਂ ਤੁਹਾਡੇ ਵੀ ਸਹਿਯੋਗ ਦੀ ਸਾਨੂੰ ਲੋੜ ਹੈ। ਤਾਂ ਕਾਈਂਡਲੀ ਇਹ ਗੱਲ ਜੇ ਤੁਸੀਂ ਆਪ ਸਮਝ ਸਕਦੇ ਹੋ ਕਿ ਇਹਨੂੰ ਮਤਲਬ ਜਿੰਨੀ ਜਲਦੀ ਹੋਵੇ ਇਹਨੂੰ ਖਤਮ ਹੀ ਕਰੀਏ, ਉਹਨਾਂ ਜ਼ਿਆਦਾ ਆਪਣੇ ਧੂਰੀ ਸ਼ਹਿਰ ਦੇ ਵਿਕਾਸ ਲਈ ਵੀ ਅਤੇ ਲੋਕਾਂ ਲਈ ਵੀ ਚੰਗਾ ਰਹੂਗਾ।
ਧੰਨਵਾਦ।